शेखपुरा से इंतहाई अफसोसनाक खबर शामिल करते हैं जहां पर थाना भक्की के इलाका सरियावाला में एक बासर शख्सियत ने अपने मुसल साथियों के हमरा दर्जनों घरों पर क्रिश्चियन बस्ती पर कब्जा करने की कोशिश अकलीती बस्ती के रिहाश पजीरों को जगह न खाली करने पर संगीन नतज की धमकियाँ इलाका में खौफ खोफ वहरास फैल गया क्रिश्चन बस्ती के दर्जनों लोगों ने शदीद एहतजाज किया एहतजाजी मज़ाहरीन का कहना था कि क्याम पाकिस्तान से लेकर हमारे अबा अजदाद इस जगह पर रहाइ थे और नसल दर नसल ये बस्ती हमारी है। लेकिन के बाद असले की जोर पर और गैर कानूनी तरीके से इस पर करना चाहता है और खाली न करने की सूरत में संगीन नतज की धमकिया देता है और घरों में घुस कर खुत को हरासा करता है क्या में पाकिस्तान से अब तक यहाँ क्रिश्चन कम्यूनिटी के दर्जनों घर आबाद हैं और क्या पाकिस्तान से ही हमारी भी मौजूद है लेकिन इसके बावजूद इस पर कब्जा करने की कोशिश की जा रही है पंजाब पुलिस और, और कब्जा माफिया से छुटकारा दिलाया जाए चौथी पुश्त इतनी जा रही है साढ़े दादे, दादे सारे इथे फोत हो मगर उठ के पठल रही थे तो पहला ਮਹਾਜਰਾਏ ਸਨ ਮਹਾਜਰਾ ਤੋਂ ਬਾਅਦ ਇਹ ਜਿਹੜੇ ਨੇ ਪੱਠਰ ਰਹਿੰਦੇ ਸਨ ਤੇ ਪੱਠਰ ਤੋਂ ਉੱਠ ਕੇ ਤੇ ਫੇਰ ਬਾਅਦ ਚ ਆਏ ਨੇ ਇੱਥੇ ਤੇ ਆ ਕੇ ਤੇ ਨਾਂ ਦਾ ਬਾਪ ਜਿਹੜਾ ਸੀ ਉਹ ਸੈਂਟਰ ਗਵਰਨਮੈਂਟ ਪਟਵਾਰੀ ਸੀ ਤੁਹਾਨੂੰ ਪਤਾ ਉਹਦੀ ਕੀ ਹਸੀਅਤ ਸੀ ਤੇ ਇਸ ਵਾਸਤੇ ਉਹਨੇ ਆਪਣੇ ਨਾਂ ਪਵਾਰੀ ਅਸੀਂ ਇੱਥੇ ਵਸਦੇ ਪੈ ਸਾਂ ਸਾਡੇ ਬਾਪ ਜਿਹੜੇ ਮਾਪੇ ਸਨ ਉਹ ਜਿਹੜੇ ਨਪਾੜੇ ਗਏ ਸਨ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕੋਈ ਇਲਮ ਨਹੀਂ ਸੀ ਇਸ ਵਜ੍ਹਾ ਤੋਂ ਉਹਨਾਂ ਆਪਣੇ ਨਾਂ ਲਖਾ ਲਈ ਤੇ ਉਸ ਤੋਂ ਬਾਅਦ ਹੁਣ ਸਾਨੂੰ ਬਹੁਤ ਤੰਗ ਕਰਦੇ ਨੇ ਲਾਜਾ ਸਾਡੇ ਇਹ ਅਪੀਲ ਹੈ ਕਿ ਤੁਸੀਂ ਤੇਰਾ ਸਾਡਾ ਜਿਹੜਾ ਹੱਕ ਹੈ ਨਾ ਸਾਨੂੰ ਦਿਓ ਆਜੀ ਬਹੁਤ ਗਰੀਬ ਆਮ ਆਮ ਮਾੜੇ ਲੋਕ ਆ ਬਹੁਤ ਤੰਗ ਕਰਦੇ ਨੇ ਬਲਾਦਰੀ ਜਿਹੜੀ ਹੈ ਬਹੁਤ ਹੀ ਤੰਗ ਕਰ ਰਿਆ ਹੈਗਾ ਅਸੀਂ ਤੰਗ ਇੰਨੇ ਹੋ ਗਏ ਆ ਕਿ ਸਾਡੇ ਘਰ ਦਾ ਟੁੱਕਰ ਨਹੀਂ ਪੂਰਾ ਹੋ ਰਿਹਾ ਤੇ ਰੋਜ਼ ਦੇੜੀ ਅਸੀਂ ਦਾਲ ਤੱਕ ਚਾਰੀਆਂ ਜਿਨ੍ਹਾਂ ਦੀ ਕਾਤਰ ਜਾਣੇ ਹੈ ਸਾਨੂੰ ਬਾਰ ਬਾਰ ਆਣ ਕੇ ਬੱਚੇ ਵੀ ਇਹਨਾਂ ਦੇ ਵੀ ਤੰਗ ਕਰਦੇ ਨੇ ਪਹਿਲੇ ਸਾਡੇ ਆਂਦੇ ਸੇ 부ਹਾਂ ਅੱਗੇ ਆਣ ਕੇ ਖੜੇ ਹੋ ਜਾਂਦੇ ਸਨ ਕਹਿੰਦੇ ਨੇ ਜਗਾ ਸਾਡੀ ਏ ਅਸੀਂ ਕਿੰਨੀ ਦੇਰ ਤੋਂ ਸਾਡੀਆਂ ਤਿੰਨ ਚਾਰ ਪੁਸ਼ਤਾਂ ਜਿਹੜੀਆਂ ਨੇ ਨਾ ਉਹ ਸਾਡੀਆਂ ਇੱਥੇ ਹੀ ਗੁਜ਼ਰ ਗਈਆਂ ਨੇ ਬਾਕੀ ਇਹ ਕਿ ਲਿਆਜ਼ਾ ਇਹ ਵੇਖੇ ਸਾਨੂੰ ਤੰਗ ਨਾ ਕਰਨ ਸਾਨੂੰ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਦਸਤਾਨ ਬਣਨ ਤੋਂ ਪਹਿਲੇ ਵੀ ਅਸੀਂ ਭਾਈ ਇੱਥੇ ਬੈਠੇ ਆਂ ਇਹ ਹੁਣ ਸਿੱਖਾਂ ਦੇ ਬਾਰੇ ਬਾਰੇ ਤਾਂ ਵੀ ਅਸੀਂ ਪਹਿਲੇ ਤੇ ਬੈਠੇ ਆਂ ਇੱਥੇ ਤੇ ਹੁਣ ਸਾਨੂੰ ਆਣ ਕੇ ਤੰਗ ਕਰਦੇ ਨੇ ਰੋਜ ਦੇੜੀ ਇਹ ਪਠਾਣ ਜੀ ਉੱਠ ਕੇ ਆਣ ਕੇ ਤੇ ਹੁਣ ਆਣ ਕੇ ਸਾਡੇ ਦਾ ਸਾਡੇ ਨਾ ਜਾ ਕੇ ਜ਼ਿਆਸਤੀ ਕਰਦੇ ਨੇ ਇਹ ਤੰਗ ਕਰਦੇ ਨੇ ਆਂਦੇ ਨੇ ਵੀ ਇਥੋਂ ਨਿਕਲੋ ਹੁਣ ਸਾਡੀ ਜਗ੍ਹਾ ਹੀ ਜੱਦੀ ਪੁੱਛਤੀ ਇਥੋਂ ਦੇ ਰਹਿਣ ਵਾਲੇ ਆਂ ਹੈ ਇਹ ਅੱਜ ਭੱਗੇ ਹੋਰ ਪਠਾਣੇ ਉੱਠ ਕੇ ਆਣਗੇ ਤੇ ਸਾਡੇ ਨੂੰ ਆਣਗੇ ਤੜੀਆਂ ਲਾਉਣ ਦੇ ਨੇ ਆਂਦੇ